ਮਾਸ਼ਾਅੱਲਾ ਜੀ, ਸੁਬਹਾ ਦਾ ਟਾਈਮ ਹੈ, ਸੁਬਹਾ ਸੁਬਹਾ ਦਾ, ਅਤੇ ਅੱਜ ਸਾਡੇ ਬੱਚਿਆਂ ਦੇ ਸਕੂਲ ਜਾਣ ਦਾ ਵੀ ਪਹਿਲਾ ਦਿਨ ਹੈ। ਆਪਦਾ ਭੈਣ ਉੱਠ ਕੇ ਬੈਠੀ, ਨਮਾਜ਼ ਪੜ੍ਹੀ, ਨਮਾਜ਼ ਪੜ੍ਹ ਕੇ ਹੁਣ ਕੁਰਾਨ ਪਾਕ ਦੀ ਤਿਲਾਵਤ ਕਰਦੀ ਪਈ ਹੈ, ਅਤੇ ਹੁਣ ਬਾਕੀ ਬੱਚਿਆਂ ਨੂੰ ਦੇਖਦੇ ਕਿ ਬਾਕੀ ਬੱਚੇ ਕੀ ਕਰਦੇ ਪੈਣ। ਇਸ ਸਾਈਡ 'ਤੇ ਅਲੀਜ਼ਾ ਬੇਟੀ ਨਮਾਜ਼ ਪੜ੍ਹ ਕੇ ਹੁਣ ਦੁਆ ਮੰਗ ਰਹੀ ਹੈ, ਅੱਲਾ ਨੂੰ ਯਾਦ ਕਰ ਰਹੀ ਹੈ, ਅਤੇ ਸਕੂਲ ਦੀ ਤਿਆਰੀ ਵੀ ਜ਼ੋਰ ਸ਼ੋਰ 'ਤੇ ਹੈ, ਅਤੇ ਹੁਣ ਬਾਕੀ ਬੱਚਿਆਂ ਨੂੰ ਚੱਲਦੇ। ਹਾਂਜੀ, ਰੀਤਾ ਫਾਤਮਾ ਹੋ ਗਈ ਤਿਆਰੀ ਸਕੂਲ ਦੀ? ਅੱਛਾ, ਹਾਲੇ ਨਹੀਂ ਹੋਈ। ਅੱਛਾ, ਸੁਬਹ ਉੱਠੇ, ਨਮਾਜ਼ ਵਗੈਰਾ ਪੜ੍ਹਦੇ ਹਨ ਬੱਚੇ ਸਾਰੇ, ਕੁਰਾਨ ਪਾਕ ਦੀ ਤਿਲਾਵਤ ਕਰਦੇ ਹਨ, ਅਤੇ ਹੁਣ ਬਸ ਰੀਤਾ ਫਾਤਮਾ ਆਪਣਾ ਕੰਮ ਫਾਈਨਲ ਕਰਕੇ ਹੁਣ ਬੈਠੀ ਹੈ। ਬਸ ਹੁਣ ਇਹਨੇ ਯੂਨੀਫਾਰਮ ਤਬਦੀਲ ਕਰਨੀ ਹੈ, ਨਾਸ਼ਤਾ ਕਰਨਾ ਹੈ, ਉਸ ਤੋਂ ਬਾਅਦ ਸਕੂਲ ਚਲੇ ਜਾਂਦੇ ਹਾਂ। ਇਸ ਤਰ੍ਹਾਂ ਰੀਤਾ, ਰੀਤਾ ਬੈਗ ਵਗੈਰਾ ਤਿਆਰ ਹੈ? ਸਕੂਲ ਦਾ ਕੰਮ 3 ਮਹੀਨੇ ਦਾ ਸੀ, ਸਾਰਾ ਲਿਖ ਲਿਆ? ਚਲੋ ਜੀ, ਮਾਸ਼ਾ ਅੱਲਾ। ਅਤੇ ਜ਼ੈਨ ਉਲ ਆਬਦੀਨ ਵੀ ਆਪਣੀ ਸਕੂਲ ਦੀ ਤਿਆਰੀ ਕਰ ਰਿਹਾ ਹੈ। ਹਾਂਜੀ ਜ਼ੈਨ, ਅੱਛਾ, ਵਾਲੇਕੁਮ ਸਲਾਮ, ਮਾਸ਼ਾ ਅੱਲਾ। ਤਿਆਰੀ ਕਿੰਨੀ ਕੁ ਰਹਿੰਦੀ ਹੈ ਹਾਲੇ? ਅੱਛਾ, ਕੱਪੜੇ ਚੇਂਜ ਕਰਨੇ, ਨਹਾ ਕੇ ਕਹਿੰਦਾ, ਉਸ ਤੋਂ ਬਾਅਦ ਨਾਸ਼ਤਾ ਹੋਏਗਾ, ਨਾਸ਼ਤੇ ਤੋਂ ਬਾਅਦ ਫਿਰ ਸਕੂਲ ਆਵੇਗਾ। ਮਾਸ਼ਾ ਅੱਲਾ, ਯੂਨੀਫਾਰਮ ਇਸ ਦੀ ਹੋਈ ਪਈ ਹੈ? ਚਲੋ, ਬਾਕੀ ਮਾਸ਼ਾ ਅੱਲਾ ਸਾਰੀ ਤਿਆਰੀ ਫਾਈਨਲ। ਮਾਸ਼ਾ ਅੱਲਾ ਜੀ, ਇਸ ਸਾਈਡ 'ਤੇ ਸਾਡੇ ਨਾਲ ਕੰਮ ਹੋ ਰਿਹਾ ਜੀ, ਨਵਾਂ ਮਕਾਨ ਇੱਕ ਬਣਨ ਦਿਆ, ਅਤੇ ਬਾਕੀ ਹਰ ਸਾਈਡ ਸੁਬਹ ਦਾ ਟਾਈਮ ਹੈ ਕਿਉਂਕਿ ਠੰਡੀ ਹਵਾ ਵਗੈਰਾ ਚੱਲਦੀ ਪਈ ਹੈ, ਬਿਲਕੁਲ ਸਕੂਨ ਮਾਹੌਲ ਹੈ। ਮਾਸ਼ਾ ਅੱਲਾ, ਅਸੀਂ ਘਰ ਪਹੁੰਚ ਆਏ ਅਤੇ ਆਣ ਕੇ ਰੋਟੀ ਬਣਾਉਣ ਦੇ ਬੱਚਿਆਂ ਵਾਸਤੇ, ਨਾਸ਼ਤੇ 'ਚ ਦੋ ਬਣਾ ਕੇ ਰੱਖ ਲਈਆਂ, ਤੀਸਰੀ ਰੋਟੀ ਮਾਸ਼ਾ ਅੱਲਾ ਉਤਾਰਨ ਲਈ। ਇਹਦਾ ਆਟਾ ਅਤੇ ਪੇੜੇ ਕਰਕੇ ਰੱਖੇ ਆ, ਬੱਚੇ ਤਿਆਰੀ ਕਰਨ ਦੇ, ਬੱਚੇ ਤਿਆਰੀ ਕਰ ਲੈਂਦੇ ਆ ਅਤੇ ਫਿਰ ਬੱਚਿਆਂ ਨੂੰ ਦਿਖਾਉਂਦੇ ਆ। ਬਿਨਾਂ ਨਾਸ਼ਤਾ ਪਹਿਲਾ ਦਿਨ ਇਹਨਾਂ ਦਾ ਸਕੂਲ ਦਾ ਵਾ, ਅੱਲਾ ਖੈਰ ਕਰੇ ਟਾਈਮ ਨਾਲ ਜਾਣ। ਦੇਖੋ ਜੀ, ਮਾਸ਼ਾ ਅੱਲਾ ਰੋਟੀ ਬਣਾ ਕੇ ਡੱਬੇ 'ਚ ਬੰਦ ਕਰ ਦਿੱਤੀ ਆ, ਅਤੇ ਹੁਣ ਦੁੱਧ ਮੈਂ ਕਿਹਾ ਗਰਮ ਕਰ ਲਵਾਂ। ਪਹਿਲੇ ਬੱਚੇ ਕਹਿੰਦੇ ਸੀ ਚਾਹ ਨਾਲ, ਅਸੀਂ ਮੈਂ ਕਿਹਾ ਚਲੋ ਚਾਹ ਦਾ ਦਿੰਦੀ ਹਾਂ, ਗਰਮੀ ਬਹੁਤ ਆ, ਮੈਂ ਕਿਹਾ ਸਾਰੀ ਦਿਹਾੜੀ ਚਾਹ ਨਾ ਖਾ ਕੇ ਫਿਰ। ਹੁਣ ਮੈਂ ਦਹੀਂ ਮੰਗਾਇਆ ਵਾ, ਦਹੀਂ ਜ਼ੈਨ ਲੈਣ ਲਿਆ ਵਾ, ਅਤੇ ਦਹੀਂ ਕਟੋਰੀਆਂ 'ਚ ਪਾ ਕੇ ਦਿੰਦੀ ਹਾਂ, ਫਿਰ ਡੱਬੇ 'ਚ ਕੱਢ ਲੈਂਦੀ ਹਾਂ। ਦੇਖੋ ਜੀ, ਮਾਸ਼ਾ ਅੱਲਾ ਦੁੱਧ ਸਾਡਾ ਦੁੱਧ ਗਰਮ ਹੋ ਚੱਲਾ ਵਾ, ਥੋੜ੍ਹੀ ਛੋਟੀ ਜਿਹੀ ਆਣ ਕਰ ਲੈਣ ਅਤੇ ਬੱਚਿਆਂ ਦੇ ਅਤੇ ਬੱਚਿਆਂ ਦਾ ਨਾਸ ਕਰ। ਦੇਖੋ ਜੀ, ਮਾਸ਼ਾ ਅੱਲਾ ਸਕੂਲ ਦੀ ਤਿਆਰੀ ਹੋ ਗਈ। ਵਾਲੇਕੁਮ ਸਲਾਮ, ਅਜਾਨ ਲਈ ਆਪ ਵੀ ਸਲਾਮ ਕਰ ਦਿਓ। ਅਜਾਨ ਮੇਰਾ ਵੀ ਸਕੂਲ ਦੀ ਤਿਆਰੀ ਕੀਤੀ ਖੜਾ, ਅਤੇ ਬੱਚੀਆਂ ਵੀ, ਅਤੇ ਜ਼ੈਨ ਅਲੀ ਵੀ, ਅਤੇ ਹੁਣ ਨਾਸ਼ਤਾ ਕਰਨ ਦਏ ਆ, ਅਤੇ ਨਾ ਸਾਰੇ ਨਾਸ਼ਤਾ ਕਰਦੇ, ਅਤੇ ਨੂਰ ਨੂੰ ਇਹ ਹੁੰਦਾ ਕਿ ਮੈਂ ਸਕੂਲ ਵਾਸਤੇ ਪਾਣੀ ਦਾ ਪਤਾ ਭਰ ਕੇ ਅਤੇ ਬੰਦ ਕਰ ਲਵਾਂ ਇਹਦੀ ਪਿਛਲੀ ਆ, ਅਤੇ ਹੁਣ ਆਪਣਾ ਵੀ ਪਾਣੀ ਬੋਤਲ 'ਚ ਤਿਆਰ ਕੀਤੀ ਖੜੀ ਆ, ਅਤੇ ਅਜਾਨ ਵਾਸਤੇ, ਅਤੇ ਲੈਦਾ ਲੈਦਾ ਛਾਪਰਾਂ 'ਚ ਪੈਕ ਕਰਨ ਦਈ ਆ ਕਿ ਪਾਣੀ ਡੁੱਲੇ ਨਾ। ਕਿੰਨੇ ਵਜੇ ਸਕੂਲ ਲੱਗਣਾ ਵਾ? ਕਹਤਾ ਪਤਾ ਕੋਈ ਟਾਈਮ? 7:30 ਪਤਾ ਟਾਈਮ ਦਾ? ਚਲੋ ਨਾਸ਼ਤਾ ਕਰ ਲਓ ਫਿਰ, ਅੱਲਾ ਖੈਰ ਕਰੇ, ਨਿਤਨ ਵੀ ਦੇਖਦੇ ਹਾਂ ਵੀ ਤਿਆਰੀ ਕਰਨ ਦਈ ਆ ਜੀ। ਨਿਧਾ ਨੇ ਆਪਣੀ ਯੂਨੀਫਾਰਮ ਦਾ ਦੁਪੱਟਾ ਇਸਤਰੀ ਕਰਕੇ ਰੱਖਿਆ ਹੋਇਆ, ਇੱਧਰ ਮੇਰੀ ਨੂਰ ਫਾਤਮਾ ਦਾ ਪਿਆ ਵਾ,
ਮਾਸ਼ਾਅੱਲਾ ਸਕੂਲ ਦਾ ਪਹਿਲਾ ਦਿਨ ਆ, ਬੱਚਿਆਂ ਨੂੰ ਬਹੁਤ ਖੁਸ਼ੀ ਆ, ਸਾਰੇ ਬੱਚੇ ਤਿਆਰੀ ਕਰਨ ਦੇ। ਅਯਾਨ ਵੀ ਅੱਜ ਵਾਲ ਦਿੱਤੀ ਆ, ਸਕੂਲ ਜਾਣਾ ਅਤੇ ਫੌਰਨ ਨਹੀਂ ਉੱਠ ਪਿਆ, ਅਤੇ ਜਿਸ ਦਿਨ ਛੁੱਟੀਆਂ ਦੇ ਸੁਬਹ ਨੂੰ ਨਾ ਉੱਠਦਾ ਨਹੀਂ ਜਲਦੀ। ਦੂਸਰੇ ਬੱਚੇ ਤਾਂ ਉੱਠ ਪੈਂਦੇ ਆ, ਨਮਾਜ਼ ਵਗੈਰਾ ਨਮਾਜ਼ ਪੜ੍ਹ ਕੇ ਫਿਰ ਸੌ ਜਾਂਦੇ ਆ, ਅਤੇ ਇਹਨੂੰ ਕਿ ਅੱਜ ਹੀ ਠਾ ਲਿਆ ਗਿਆ ਸੁੱਤੇ ਰਹਿੰਦੇ, ਇਹ ਤਾਂ ਸੁਲਕਣਾ, ਅਤੇ ਸੁਲਕਣਾ ਤਾਂ ਸੁੱਤਾ ਪਿਆ ਸੀ, ਅਤੇ ਇਹਨੂੰ ਇੱਕ ਆਵਾਜ਼ ਦਿੱਤੀ ਤਾਂ ਮਾਸ਼ਾਅੱਲਾ ਭੱਜ ਕੇ ਉੱਠਿਆ ਗਿਆ ਸਕੂਲ ਜਾਣਾ। ਸਕੂਲ ਦੀ ਖੁਸ਼ੀ ਨਾਲ ਸਕੂਲ ਜਾਣਾ ਸੀ ਅੱਜ। ਅੱਗ ਥੋੜ੍ਹੀ ਤੇਜ਼ ਕਰ ਲੈਂਦੇ ਅਤੇ ਅੱਛੀ ਤਰ੍ਹਾਂ ਪੱਕ ਜਾਵੇ ਦੁੱਧ, ਅਤੇ ਬਾਜੀ ਹੁਣ ਜਦੋਂ ਆਉਣਗੇ ਅਤੇ ਫਿਰ ਚਾਏ ਬਣਾਉਂਗੀ। ਹੁਣ ਚਾਏ ਬਣਾ ਕੇ ਉਹਨਾਂ ਦੇ ਬੱਚਿਆਂ ਨੂੰ ਦਹੀਂ ਲਿਆ ਮੰਗਾ ਦਿੱਤਾ ਵਾ, ਦਹੀਂ ਨਾਲ ਰੋਟੀ ਖਾਣ ਦਾ ਆ, ਨਾਸ਼ਤਾ ਕਰਨ ਦਾ ਆ, ਅਤੇ ਚਾਏ ਬਾਅਦ 'ਚ। ਦੇਖੋ ਜੀ ਮਾਸ਼ਾਅੱਲਾ ਰੀਜ਼ਾ ਤਿਆਰ ਹੋ ਕੇ ਬੈਠ ਗਈ ਆ, ਅਤੇ ਨੀਦਾ ਅਨੂਰ ਅਤੇ ਅਯਾਨ ਨੂੰ ਅਜ਼ੈਨ ਛੋੜਨ ਚਲਾ ਗਿਆ ਵਾ, ਅਤੇ ਨਾਲ ਹੀ ਰੀਦਾ ਫਾਤਮਾ ਚਲੀ ਗਈ ਆ। ਨੀਦਾ ਅਤੇ ਲੀਜ਼ਾ ਬੈਠੇ ਆ, ਹਜੇ ਟਾਈਮ ਨਹੀਂ ਹੋਇਆ, ਹਜੇ ਥੋੜ੍ਹਾ ਟਾਈਮ ਹੋ ਗਿਆ। ਇਹਨਾਂ ਦਾ ਬਹੁਤ ਸਕੂਲ ਨਜ਼ਦੀਕ ਆ, ਫਿਰ ਛੇਤੀ ਚੱਲ ਜਾਂਦੀਆਂ, ਅਤੇ ਬਿਲਕੁਲ ਤਿਆਰੀ ਕਰਕੇ ਬੈਠ ਗਏ। ਦੇਖੋ ਇਹਨਾਂ ਨਾਸ਼ਤਾ ਖਿਲਾ ਕੇ ਦੁਬਾਰਾ ਮੈਂ ਆਪਣੇ ਵਾਸਤੇ ਵੀ ਰੋਟੀ ਬਣਾ ਕੇ ਰੱਖਦੀ ਆ। ਕੁਛ ਮੈਂ ਘੀ ਵਾਲੀਆਂ ਬਣਾਈਆਂ ਵਾ, ਅਤੇ ਕੁਛ ਮੈਂ ਖੁਸ਼ਬੂ ਬਣਾਈਆਂ, ਅਤੇ ਬੰਦ ਕਰ ਦਿੱਤੀਆਂ। ਬਾਜੀ ਨੂੰ ਆਉਣਗੇ ਅਤੇ ਫਿਰ ਨਾਸ਼ਤਾ ਚਾਏ ਵਗੈਰਾ ਫਿਰ ਨਹੀਂ ਬਣਾਉਂਦੇ, ਤਾਜ਼ੀ ਤਾਜ਼ੀ, ਅਤੇ ਰੋਟੀ ਬਣਾ ਕੇ ਬੰਦ ਕਰ ਦਿੱਤੀ ਆ। ਅੱਛਾ ਭਾਅ ਜੀ ਦਹੀਂ ਬਚਿਆ ਸੀ, ਤਾਂ ਇਹਦੇ ਵਿੱਚ ਆਟਾ ਵਾ, ਇਹ ਮੈਂ ਡੱਬੇ 'ਚ ਬੰਦ ਕਰ ਦਿੱਤਾ, ਅਤੇ ਜਦੋਂ ਬੱਚੇ ਆਉਣਗੇ ਦੁਪਹਿਰਾਂ ਅਤੇ ਉਹਨਾਂ ਵਾਸਤੇ ਤਾਜ਼ੀ ਰੋਟੀ ਪਕਾ ਲੂੰਗੀ। ਰੋਟੀਆਂ ਸਾਈਡ 'ਤੇ ਰੱਖ ਦਿੰਦੇ ਹਾਂ, ਆਟਾ ਚੱਕ ਕੇ ਫਰਿੱਜ ਰੱਖਦੇ ਹਾਂ, ਜਿਹੜਾ ਦਹੀਂ ਆ ਇਹਨੂੰ ਅਸੀਂ ਕੱਢ ਕੇ ਰੱਖਦੇ ਹਾਂ ਥੋੜ੍ਹਾ ਜਿਹਾ। ਬਸ ਬੇਟਾ ਵੀ ਉੱਠਦਾ ਵਾ, ਉੱਠ ਪਏ ਵਾਸ਼ਰੂਮ ਚਲੇ ਗਏ, ਨਾਸ਼ਤਾ ਦੇਣਾ ਅਤੇ ਉਹ ਆਪਣੇ ਕੰਮ 'ਤੇ ਜਾਣਗੇ, ਅਤੇ ਅਸੀਂ ਫਰਿੱਜ 'ਚ ਰੱਖ ਦਿੰਦੇ। ਮੈਂ ਦੁੱਧ ਗਰਮ ਕਰਕੇ ਰੱਖ ਦਿੱਤਾ, ਬਿਲਕੁਲ ਤਵਾ ਬਿਲਕੁਲ ਠੰਡਾ ਹੋ ਗਿਆ ਵਾ, ਇੰਜੋਏ ਵਿੱਚ ਰੱਖ ਦਿੰਦੇ ਹਾਂ। ਇੱਦਾਂ ਮੈਂ ਬਰਤਨ ਇਕੱਠੇ ਕਰਕੇ ਰੱਖੇ ਆ, ਅਤੇ ਹੁਣ ਬਰਤਨ ਬੱਚੇ ਚਲੇ ਗਏ, ਅਤੇ ਮਾਸ਼ਾਅੱਲਾ ਹੁਣ ਜ਼ਾਹਰਾ ਬਰਤਨ ਧੋ ਕੇ ਅਤੇ ਫਿਰ ਬਣਾ ਦੇ ਲਈ ਚੀਜ਼ਾਂ ਜਾਂਦੀਆਂ ਜਾਂਦੀਆਂ, ਜਿੱਦਾਂ ਮਾਸ਼ਾਅੱਲਾ ਚੱਕਲ ਜਾਂਦੀ ਆ, ਕੁਛ ਬਰਤਨ ਧੋਤੇ ਪਏ ਆ, ਬਸ ਥੋੜ੍ਹੇ ਜਿਹੇ ਬਰਤਨ ਜਿਹੜੇ ਹੁੰਦੇ ਆ। ਰਾਤੀ ਅਕਸਰ ਹੀ ਅਸੀਂ ਜਦੋਂ ਸ਼ਾਮ ਨੂੰ ਮੈਂ ਖਾਣਾ ਪਕਾ ਕੇ ਇੱਥੋਂ ਲੈ ਕੇ ਜਾਂਦੀ ਹਾਂ, ਅਤੇ ਜਿਹੜੇ ਬਰਤਨ ਹੁੰਦੇ ਸਾਰੇ ਧੋ ਲੈਂਦੀ ਹਾਂ, ਅਤੇ ਇੱਕ ਕੜਾਹੀ ਬਸ ਰਹਿ ਗਈ ਸੀ ਰਾਤੀ ਸਾਲਣ ਨੂੰ ਕੱਢਿਆ ਸੀ, ਅਤੇ ਇਹ ਨਹੀਂ ਧੁੱਪੀ ਸੀ ਉਹ, ਮੈਂ ਕਿਹਾ ਚਲ ਦੁਬਾਰਾ ਆਵਾਂਗੇ, ਦੁਬਾਰਾ ਫਿਰ ਇੱਦਾਂ ਦਾ ਚੱਕਰ ਹੀ ਨਹੀਂ ਲੱਗਾ, ਅਤੇ ਉਹ ਰਹਿ ਗਈ, ਅਤੇ ਉਹ ਵੀ ਧੋਨੇ ਹਾਂ, ਅਤੇ ਜਿਹੜੇ ਹੁੰਦੇ ਬਰਤਨ ਉਹ ਵੀ ਧੋਨੇ। ਨਹੀਂ ਤਾਂ ਫਾਤਮਾ ਆ ਬੇਟਾ ਫਰੀਜ਼ਰ 'ਚ ਰੱਖ ਦਿਉ, ਅਤੇ ਬੇਟਾ ਫਰੀਜ਼ਰ 'ਚ ਰੱਖ ਦਿੰਦੇ ਹਾਂ, ਅਤੇ ਹੁਣ ਮੈਂ ਬਰਤਨ ਧੋ ਲੈਂਦੀ ਹਾਂ। ਅਤੇ ਘਰ ਦੀਆਂ ਸਫਾਈਆਂ ਤਾਂ ਬਿਲਕੁਲ ਮਾਸ਼ਾਅੱਲਾ ਹੋਈਆਂ ਹੋਈਆਂ, ਕੱਲ੍ਹ ਅਸੀਂ ਕਰ ਗਏ ਸੀ, ਰੀਤਾ ਨੇ ਮਾਸ਼ਾਅੱਲਾ ਸਾਰੀਆਂ ਕਰਤੀਆਂ ਸੀ, ਹੁਣ ਵੀ ਜਿਹੜਾ ਕਿ ਸਮਾਨ ਸੀ ਉਹ ਚੱਕ ਦਿੱਤਾ ਉਹਨਾਂ ਨੇ, ਅਤੇ ਇੱਕ ਵਾਰੀ ਫਿਰ ਵੀ ਮੈਂ ਕਿਚਨ ਸਾਫ਼ ਕਰਕੇ ਨਾਸ਼ਤਾ ਨੁਸ਼ਤਾ ਕਰਕੇ ਸਾਰੇ ਫਿਰ ਚੱਲ ਜਾਣਗੇ, ਅਤੇ ਉਸ ਤੋਂ ਬਾਅਦ ਫਿਰ ਮੈਂ ਪੋਚੀ ਲਗਾਊਂਗੀ, ਕਿ ਛੋਟਾ ਜਿਹਾ ਘਰ ਆ, ਫਿਰ ਜਦੋਂ ਪੋਚੀ ਲੱਗੀ ਹੋਵੇ ਤਾਂ ਸਾਰੇ ਜਦੋਂ ਆਉਂਦੇ ਆ ਤਾਂ ਫਿਰ ਉੱਦਾਂ ਦਾ ਹੋ ਜਾਂਦਾ ਵਾ, ਅਤੇ ਬਿਲਕੁਲ ਫਿਲਹਾਲ ਤਾਂ ਸਾਫ਼ ਹੀ ਆ। ਜਦੋਂ ਆਉਣ ਕੇ ਸਾਰੇ ਨਾਸ਼ਤਾ ਕਰਕੇ ਬਾਜੀ ਹੁਣੀ ਵੀ ਉੱਧਰ ਚੱਲ ਜਾਣਗੇ, ਬੱਚੇ ਸਕੂਲ ਚੱਲੇ ਆ, ਅਤੇ ਫਿਰ ਮੈਂ ਇਕੱਲੀ ਹੋਊਂਗੀ, ਫਿਰ ਮੈਂ ਸਾਰੇ ਝਾੜੂ ਲਗਾ ਕੇ ਇੱਕ ਦਫ਼ਾ ਅਤੇ ਪੋਚੀ ਲਗਾ ਦੂੰਗੀ, ਅਤੇ ਜਿੰਨ ਜੇਕਰ ਬੱਚਿਆਂ ਨੇ ਵਾਪਸ ਆਉਣਾ ਵਾ ਅਤੇ ਖੁਸ਼ਕ ਵੀ ਹੋ ਜੂਗਾ, ਅਤੇ ਮਾਸ਼ਾਅੱਲਾ ਠੀਕ ਆ। ਜਦੋਂ ਆਉਂਦੇ ਬੱਚੇ ਫਿਰ ਬੱਚਿਆਂ ਦਾ ਕਰਕੇ, ਅਤੇ ਜ਼ਾਹਰ ਬਾਹਰੋਂ ਆਉਂਦੇ ਆ, ਫਿਰ ਬਾਹਰ ਜੁੱਤੀਆਂ ਵਾ ਭਰੀਆਂ ਹੁੰਦੀਆਂ, ਇਸ ਕਰਕੇ ਅਤੇ ਛੋਟਾ ਜਿਹਾ ਤਾਂ ਹੈਗਾ ਘਰ, ਅਤੇ ਬਹੁਤ ਛੇਤੀ ਗੰਦਾ ਹੁੰਦਾ ਵਾ। ਮਾਸ਼ਾਅੱਲਾ ਰੀਦਾ ਨੇ ਇੱਥੇ ਹੀ ਸਾਰਾ ਕਰ ਲਈ, ਹੁਣ ਮੰਮਾ ਸਕੂਲ ਜਾਇਆ ਕਰਨਾ ਵਾ,
ਅਤੇ ਅਸੀਂ ਇਹਨਾਂ 'ਤੇ ਬੈਠ ਕੇ ਚਿਹਰਾ 'ਤੇ ਬੈਠ ਕੇ ਕਿ ਨਾਸ਼ਤਾ ਕਰਿਆ ਕਰਾਂਗੇ। ਅਤੇ ਉਹਨੇ ਕੱਲ੍ਹ ਹੀ ਆਹ ਸਾਰਾ ਸਾਫ਼ ਕਰਕੇ ਸਫਾਈ ਕਰਕੇ ਇੱਦਾਂ ਦੀ ਇੱਥੇ ਕੁਰਸੀਆਂ ਰੱਖਤੀਆਂ ਸੀ ਅਤੇ ਇੱਥੇ ਉਹਨੇ ਇੱਕ ਚਾਰਪਾਈ ਰੱਖਤੀ ਸੀ। ਚਾਰਪਾਈ ਤਾਂ ਤੂੰ ਬਸ ਫਿਰ ਸੌਂਦਾ ਇੱਧਰ, ਉਹਨੇ ਬਾਹਰ ਨਿਕਾਲਦੀ ਸੀ, ਹੁਣ ਕਰਕੇ ਚੱਕ ਕੇ ਅਤੇ ਮੈਂ ਵੀ ਅੰਦਰ ਕਰ ਦੂੰਗੀ ਅਤੇ ਇੱਕ ਬਾਹਰ ਪਈ ਰਹੇਗੀ। ਅਤੇ ਇੱਧਰ ਮਾਸ਼ਾਅੱਲਾ ਉਹਨੇ ਕਿਹਾ ਹੁਣ ਵੀ ਜਾਂਦੀ ਦਵਾ ਤਾਂ ਅਤੇ ਕੱਪੜਾ ਵੀ ਮਾਰ ਗਈ ਆ ਅਤੇ ਬਰਤਨ ਬੁਰਤਨ ਚੱਕ ਕੇ ਸਾਰੇ ਮੈਨੂੰ ਦੇ ਗਏ। ਦੇਖੋ ਜੀ ਮਾਸ਼ਾਅੱਲਾ ਰੀਤਾ ਔਰ ਲੀਜ਼ਾ ਔਰ ਨੀਤਾ ਫਾਤਮਾ ਜਾ ਰਹੇ ਆ ਅਤੇ ਦੂਸਰੇ ਬੱਚੇ ਚਲ ਗਏ, ਸਕੂਲ ਦਾ ਟਾਈਮ ਹੋ ਗਿਆ, ਚਲ ਗਏ। ਅੱਜ ਕੋਈ ਬੱਚਾ ਨਹੀਂ ਇੰਨਾ ਕਿ ਜਾ ਰਿਹਾ, ਪਤਾ ਨਹੀਂ ਇੰਨੀਆਂ ਛੁੱਟੀਆਂ ਕਰ ਲਈਆਂ ਤਾਂ ਵੀ ਰੱਜੇ ਨਹੀਂ ਬੱਚੇ ਸਾਡੇ ਬੱਚੇ ਤਾਂ ਮਾਸ਼ਾਅੱਲਾ ਗਏ ਪਹਿਲਾਂ ਦੇਣਾ, ਅੱਲਾ ਖੈਰ ਕਰੇ ਅਤੇ ਸਭ ਦੇ ਬੱਚਿਆਂ ਨੂੰ ਅੱਲਾ ਸੋਹਣਾ ਨੇਕ ਬਣਾਵੇ। ਮੈਂ ਬੱਚਿਆਂ ਦਾ ਨਾਮ ਲਿਆ ਵਾ ਅਤੇ ਮਾਸ਼ਾਅੱਲਾ ਦੋ ਬੱਚੇ ਜਾ ਰਹੇ ਇੱਧਰੋਂ।